ਹਾਂਜੀ, ਪਿੱਛੇ ਆਪਾਂ ਜਿਸ ਤਰ੍ਹਾਂ ਦੇਖਿਆ ਕਿ ਇੱਕ ਵੈਸਟਰਨ ਡਿਸਟਰਬੈਂਸ ਜਿਹੜੀ ਅਪਰੋਚ ਕੀਤੀ ਹੈ ਉਹਦੇ ਨਾਲ ਟੈਂਪਰੇਚਰਸ ਦੇ ਵਿੱਚ ਥੋੜ੍ਹਾ ਜਿਹਾ ਫਾਲ ਦੇਖਿਆ ਗਿਆ, ਪਰ ਹੁਣ ਫਿਰ ਜਿਸ ਤਰ੍ਹਾਂ ਕਿ ਲੱਗ ਰਿਹਾ ਕਿ ਟੈਂਪਰੇਚਰਸ ਦੇ ਵਿੱਚ ਥੋੜ੍ਹਾ ਜਿਹਾ ਚੇਂਜ ਆਏਗਾ, ਕਿਉਂਕਿ ਮਈ ਦੇ ਵਿੱਚ ਦੇਖਿਆ ਗਿਆ ਕਿ ਬਿਲਕੁਲ ਬਾਰਿਸ਼ ਨਹੀਂ ਹੋਈ, ਡਰਾਈ ਵੈਦਰ ਰਿਹਾ ਔਰ ਕੰਟੀਨਿਊਸਲੀ ਟੈਂਪਰੇਚਰ ਵੱਧਦਾ ਰਿਹਾ, ਪਰ ਜੂਨ ਦੇ ਵਿੱਚ ਥੋੜ੍ਹਾ ਜਿਹਾ ਵੈਸਟਰਨ ਡਿਸਟਰਬੈਂਸ ਆਉਣ ਦੇ ਨਾਲ ਟੈਂਪਰੇਚਰ ਦੇ ਵਿੱਚ ਤਾਂ ਫਾਲ ਆਈ ਹੈ, ਪਰ ਬਾਰਿਸ਼ ਹਲੇ ਵੀ ਜਿਹੜੀ ਨੋਰਮਲ ਨਾਲੋਂ ਕਾਫੀ ਘੱਟ ਹੋਈ ਹੈ, ਕਿਉਂਕਿ ਸਾਡੇ ਕੋਲ ਜਿਹੜੇ ਆਹ ਜਿਹੜੇ ਫਸਟ 2 ਵੀਕਸ ਹੁੰਦੇ ਆ ਜੂਨ ਦੇ, ਉਹਦੇ ਵਿੱਚ ਸਾਡੇ ਕੋਲ 15-20 ਮਿਲੀਮੀਟਰ ਤੱਕ ਬਾਰਿਸ਼ ਹੋਣੀ ਆਉਣੀ ਚਾਹੀਦੀ ਹੈ, ਪਰ ਸਾਡੇ ਕੋਲ ਸਿਰਫ 4 ਮਿਲੀਮੀਟਰ ਬਾਰਿਸ਼ ਜਿਹੜੀ ਉਹ ਰਿਕਾਰਡ ਕੀਤੀ ਗਈ ਹੈ, ਜਿਹਦੇ ਨਾਲ ਕਿ ਹਲੇ ਵੀ ਲੱਗ ਰਿਹਾ ਕਿ ਕਾਫੀ ਡਰਾਈ ਵੈਦਰ ਪਿੱਛੇ ਜੇ ਰਿਹਾ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੁਣ ਜਿਸ ਤਰ੍ਹਾਂ ਕਿ ਟੈਂਪਰੇਚਰ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ, ਤਾਂ ਫਿਰ ਜਿਹੜੀ IMD ਵੱਲੋਂ ਸਾਨੂੰ ਅਲਰਟ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਔਰੇਂਜ ਅਲਰਟ ਜਿਹੜਾ ਉਹ ਹੋ ਸਕਦਾ, ਅਤੇ ਜਿਹੜੀ ਮੋਡਰੇਟ ਟੂ ਸਵੀਅਰ ਹੀਟ ਵੇਵ ਦੀ ਫਿਰ ਪ੍ਰਡਿਕਸ਼ਨ ਦਿੱਤੀ ਗਈ ਹੈ, ਸੋ ਹਲੇ 15 ਤਰੀਕ ਤੱਕ ਸਾਡੇ ਕੋਲ ਇਸ ਤਰ੍ਹਾਂ ਹੀ ਟੈਂਪਰੇਚਰਸ ਜਿਹੜੇ ਉਹ ਰਾਈਜ਼ ਕਰਨਗੇ ਅਤੇ ਸਾਨੂੰ ਹੀਟ ਵੇਵ ਦਾ ਸਾਹਮਣਾ ਕਰਨਾ ਪਏਗਾ। ਪਿਛਲੇ ਸਾਲਾਂ ਨਾਲੋਂ ਕਿੰਨਾ ਕੁ ਫਰਕ ਆ ਅਤੇ ਕਿੰਨੇ ਕੁ ਰਾਈਜ਼ ਜਿਹੜੇ ਨੇ ਉਸ ਸਾਲ ਦੇ ਨਾਲ? ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਸ ਵਾਰੀ ਕੰਪੈਰੇਟਿਵਲੀ ਟੈਂਪਰੇਚਰਸ ਜ਼ਿਆਦਾ ਨੇ, ਕਿਉਂਕਿ ਪਿਛਲੇ ਸਾਲ ਜਿਹੜਾ ਜੂਨ ਦੇ ਵਿੱਚ ਸਾਡੇ ਕੋਲ ਟੈਂਪਰੇਚਰਸ 40 ਦੇ ਨੀਅਰ ਅਬਾਊਟ ਰਹੇ ਸੀਗੇ, ਬਟ ਹੁਣ ਸਾਡੇ ਕੋਲ 42 ਤੱਕ ਵੀ ਜਿਹੜਾ ਇਸ ਹਫ਼ਤੇ ਦਾ ਟੈਂਪਰੇਚਰ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਹੀ ਬਾਰਿਸ਼ ਵੀ ਪਿਛਲੇ ਸਾਲ ਜਿਹੜੀ ਜੂਨ ਦੇ ਵਿੱਚ ਕਾਫੀ ਅੱਛੀ ਬਾਰਿਸ਼ ਹੋ ਗਈ ਸੀਗੀ, ਫਸਟ ਵੀਕ ਦੇ ਵਿੱਚ ਜਾਂ ਸੈਕਿੰਡ ਵੀਕ ਦੇ ਵਿੱਚ ਵੀ ਮਤਲਬ ਨੀਅਰ ਅਬਾਊਟ 10 ਮਿਲੀਮੀਟਰ ਤੱਕ ਬਾਰਿਸ਼ ਸੀਗੀ, ਅਤੇ ਟੈਂਪਰੇ ਜਿਹੜੀ ਰੈਲੇਟਿਵ ਹਿਊਮਿਡਿਟੀ ਆ ਉਹ ਵੀ ਜ਼ਿਆਦਾ ਸੀਗੀ ਜਿਸ ਤਰ੍ਹਾਂ ਕਿ ਇਹਦੇ ਇਸ ਵਾਰੀ ਦੇ ਕੰਪੈਰੇਟਿਵਲੀ। ਸੋ ਹੁਣ ਇਸ ਵਾਰੀ ਆਪਾਂ ਦੇਖਦੇ ਹਾਂ ਕਿ ਰੈਲੇਟਿਵ ਹਿਊਮਿਡਿਟੀ ਵੀ ਜਿਹੜੀ ਆ ਉਹ ਕਾਫੀ ਘੱਟ ਹੈ, ਡਰਾਈ ਵੈਦਰ ਚੱਲ ਰਿਹਾ, ਸੋ ਉਹਦੇ ਮੱਦੇਨਜ਼ਰ ਹੀ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਕਿ ਹੀਟ ਵੇਵ ਜਿਹੜੀ ਆ ਹਲੇ ਪਰਸਿਸਟ ਕਰੇਗੀ। ਜਿਸ ਤਰ੍ਹਾਂ ਝੋਨੇ ਦੀ ਬਿਜਾਈ ਜਿਹੜੀ ਆ ਉਸ ਦੀ ਸ਼ੁਰੂਆਤ ਹੋਣ ਵਾਲੀ ਆ, ਕੀ ਲੱਗਦਾ ਕਿਸਾਨ ਵੀਰਾਂ ਨੂੰ ਕੀ ਜਿਹੜੀ ਇਸ ਵਾਰ? ਦੇਖੋ, ਝੋਨੇ ਦੀ ਬਿਜਾਈ ਜਿਹੜੀ ਆਪਣੇ 20 ਜੂਨ ਤੋਂ ਜਿਹੜੀ ਉਹਦੀ ਲਵਾਈ ਸ਼ੁਰੂ ਹੋ ਜਾਂਦੀ ਹੈ ਪਨੀਰੀ ਦੀ, ਔਰ ਜਿਹੜੀ DSR ਦੀ ਹੈਗੀ ਆ ਉਹ ਵੀ ਸ਼ੁਰੂ ਹੋ ਚੁੱਕੀ ਹੈ, ਆਪਾਂ ਜੂਨ ਦੇ ਪਹਿਲੇ ਹਫ਼ਤੇ ਕਿਸਾਨ ਵੀਰ ਜਿਹੜੇ ਆ ਸ਼ੁਰੂ ਕਰ ਦਿੰਦੇ ਆ, ਸੋ ਬਹੁਤ ਜ਼ਰੂਰੀ ਹੈ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਜਿਹੜਾ ਪਾਣੀ ਮਤਲਬ ਅਗਰ ਬਾਰਿਸ਼ ਨਾਲ ਉਹਦੀ ਪਾਣੀ ਦੀ ਪੂਰਤੀ ਹੋ ਜਾਵੇ ਤਾਂ ਸਾਡੇ ਤੋਂ ਜਿਹੜਾ ਧਰਤੀ ਹੇਠਲਾ ਪਾਣੀ ਹੈ ਆਪਾਂ ਉਹਨੂੰ ਬਚਾ ਸਕਦੇ ਹਾਂ, ਪਰ ਜਿਸ ਤਰ੍ਹਾਂ ਕਿ ਹਲੇ ਬਾਰਿਸ਼ ਨਹੀਂ ਹੋ ਰਹੀ ਹੈਗੀ, ਟੈਂਪਰੇਚਰਸ ਵੀ ਬਹੁਤ ਜ਼ਿਆਦਾ ਚੱਲ ਰਹੇ ਨੇ, ਤੋ ਕਿਸਾਨ ਵੀਰਾਂ ਨੂੰ ਪਾਣੀ ਤਾਂ ਜ਼ਰੂਰ ਦੇਣਾ ਪਏਗਾ, ਬਟ ਫਿਰ ਵੀ ਉਨਾ ਕੀ ਸੰਜਮ ਨਾਲ ਪਾਣੀ ਵਰਤਣ ਜਿੰਨੀ ਲੋੜ ਹੈਗੀ ਹੈ, ਕਿਉਂਕਿ ਆਲਰੇਡੀ ਇੰਨੀ ਜ਼ਿਆਦਾ ਇਵੈਪੋਰੇਸ਼ਨ ਹੋ ਰਹੀ ਹੈ, ਜੇ ਆਪਾਂ ਜ਼ਿਆਦਾ ਮਤਲਬ ਬਿਨਾਂ ਲੋੜ ਤੋਂ ਵੀ ਪਾਣੀ ਉੱਥੇ ਰੱਖੜਾ ਕਰਾਂਗੇ ਜਾਂ ਪਾਣੀ ਲਾਵਾਂਗੇ ਤਾਂ ਉਹ ਉਨੀ ਜਲਦੀ ਉੱਡੇਗਾ, ਕਿਉਂਕਿ ਇਵੈਪੋਰੇਸ਼ਨ ਬਹੁਤ ਇਹਨਾਂ ਦਿਨਾਂ 'ਚ ਹਾਈ ਹੋ ਜਾਂਦੀ ਹੈ ਜਦੋਂ ਟੈਂਪਰੇਚਰਸ ਹਾਈ ਹੁੰਦੇ ਆ, ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ 'ਚ ਰੱਖਿਆ ਜਾਏ ਕਿ ਆਪਾਂ ਉਨਾ ਹੀ ਸੰਜਮ ਨਾਲ ਪਾਣੀ ਵਰਤੀਏ ਜਿੰਨੀ ਉਹਦੀ ਲੋੜ ਹੈ। ਦੇਖੋ, ਹਲੇ ਜਿਸ ਤਰ੍ਹਾਂ ਮੌਨਸੂਨ ਜਿਹੜਾ ਔਨਸੈਟ ਹੋਇਆ ਕੇਰਲਾ 'ਤੇ ਉਹ ਤਾਂ ਕਾਫੀ ਅਰਲੀ ਹੋ ਗਿਆ, 2 ਦਿਨ ਪਹਿਲਾਂ ਹੀ ਆ ਗਿਆ, ਅਤੇ ਵੈਸੇ ਵੀ ਹੁਣ ਜਿਵੇਂ ਪੰਜਾਬ ਦੇ ਵਿੱਚ ਵੀ ਸਾਨੂੰ ਪ੍ਰੀ ਮੌਨਸੂਨ ਜਿਹੜੀ ਆ ਉਹਦੀ ਪ੍ਰੈਡਿਕਸ਼ਨ ਹੈਗੀ ਹੈ ਕਿ ਜੂਨ ਦੇ ਐਂਡ ਦੇ ਵਿੱਚ ਸਾਡੇ ਕੋਲ